ਭਾਈ ਅਮਰਤਪਾਲ ਸਿੰਘ ਬਾਰੇ ਪੁੱਛੇ। ਤੇ ਕਿਉਂ ਨਸ਼ਾ ਨਹੀਂ ਕਰਦੇ? ਨਹੀਂ ਕਰਦੇ। ਅੱਛਾ ਫਿਰ ਕਹਿ ਦੇ, ਫਿਰ ਗੱਲ ਸੁਣੋ, ਫਿਰ ਉਹ ਜਿਹੜੀ ਲੜਾਈ ਆ ਕੁੜੀ ਪਿੱਛੇ ਨਹੀਂ ਹੋਈ ਸੀ? ਚੱਲ ਭੇਜੀ ਮਾੜੀ ਜਿਹੀ ਲੋਕੇਸ਼ਨ ਭੇਜੀ। ਨਹੀਂ ਯਾਰ, ਤੈਨੂੰ ਕਹਿ ਤਾ ਮੈਂ ਇੱਥੇ ਬੈਠਾ, ਤੇ ਫਿਰ ਲੋਕੇਸ਼ਨ ਕੀ ਕਰਨੀ ਆ? ਕਿਉਂ ਅਸੀਂ ਚਿੱਕੜ ਚ ਇੱਟ ਨੀ ਮਾਰਨਾ ਚਾਹੁੰਦੇ, ਚਾਹੀਏ ਤਾਂ ਅਸੀਂ ਤੇਰਾ ਜਿੱਥੇ ਮਰਜ਼ੀ ਸੋਧਾ ਲਾ ਸਕਦੇ ਹਾਂ। ਤੇ MP ਅੰਮ੍ਰਿਤਪਾਲ ਸਿੰਘ ਦੇ ਭਰਾ ਦੀ ਗ੍ਰਿਫਤਾਰੀ ਦਾ ਮਾਮਲਾ ਲਗਾਤਾਰ ਵਧਦਾ ਜਾ ਰਿਹਾ ਹੈ। ਇੱਕ ਪਾਸੇ ਮਾਮਲੇ ਤੇ ਰੱਜ ਕੇ ਸਿਆਸਤ ਹੋ ਰਹੀ ਹੈ, ਤਾਂ ਦੂਜੇ ਪਾਸੇ ਕੁਝ ਸਿੱਖ ਜਥੇਬੰਦੀਆਂ ਵੀ ਇਸ ਮਾਮਲੇ ਉੱਪਰ ਆਪਸ 'ਚ ਉਲਝਦੀਆਂ ਨਜ਼ਰ ਆ ਰਹੀਆਂ ਨੇ। ਉਧਰ ਹੁਣ ਇੱਕ ਆਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਕਥਿਤ ਤੌਰ 'ਤੇ ਬਾਬਾ ਕੁਲਜੀਤ ਸਿੰਘ ਅੰਮ੍ਰਿਤਪਾਲ ਸਿੰਘ ਦੇ ਭਰਾ ਨੂੰ ਲੈ ਕੇ ਕਈ ਤਰ੍ਹਾਂ ਦੇ ਦਾਅਵੇ ਕਰ ਰਹੇ ਨੇ। ਦਰਅਸਲ ਸਿੱਖ ਪ੍ਰਚਾਰਕ ਚਮਕੌਰ ਸਿੰਘ ਧੁੰਨ ਅਤੇ ਬਾਬਾ ਕੁਲਜੀਤ ਸਿੰਘ ਦੀ ਇਹ ਕਥਿਤ ਆਡੀਓ ਦੱਸੀ ਜਾ ਰਹੀ ਹੈ, ਜਿਸ ਵਿੱਚ ਦੋਵਾਂ ਵਿਚਾਲੇ ਤੂੰ ਤੂੰ ਮੈਂ ਮੈਂ ਵੀ ਹੁੰਦੀ ਨਜ਼ਰ ਆਈਏ। ਚਮਕੌਰ ਸਿੰਘ ਬੋਲ ਰਹਾ ਮੈਂ। ਬੋਲੋ ਮਹਾਰਾਜ। ਹਾਂਜੀ ਹਾਂਜੀ ਹਾਂਜੀ। ਤੇ ਆ ਜਿਹੜਾ ਕੀ ਝੂਠ ਤਮਾਣ ਬੋਲਣ ਦਿਆ ਇੰਟਰਵਿਊ ਦੇ ਵਿੱਚ, ਕੀ ਬੋਲਿਆ? ਜੋ ਮੇਰੇ ਬਾਰੇ ਬੋਲਿਆ ਜਾਂ ਭਾਈ ਅਮਰਤਪਾਲ ਸਿੰਘ ਬਾਰੇ ਬੋਲਿਆ। ਤੇ ਕਿਉਂ ਨਸ਼ਾ ਨਹੀਂ ਕਰਦੇ? ਨਹੀਂ ਕਰਦੇ। ਅੱਛਾ ਫਿਰ ਕਹਿ ਦੇ, ਫਿਰ ਗੱਲ ਸੁਣੋ, ਫਿਰ ਉਹ ਜਿਹੜੀ ਲੜਾਈ ਆ ਕੁੜੀ ਪਿੱਛੇ ਨਹੀਂ ਹੋਈ ਸੀ? ਮਾਨਹਾਨੀ ਦੀ ਮਾਨਹਾਨੀ ਦੀ ਨਾ FIR ਲਿਖਾ ਕੇ ਆਇਆ ਵਾਂ। ਇੱਕ ਛੱਡ 50 ਕਰਾ, ਹੋਰ ਦੱਸ। ਇੱਕ ਛੱਡ 50 FIR-ਾਂ ਦੇ ਦੇ। ਤੂੰ ਹੈ ਕਿੱਥੇ ਆ? ਆਪਣਾ ਤਾਂ ਪਤਾ ਦੱਸ ਸਕਦਾ ਵੀ। ਕਿਉਂ, ਕੀ ਗੱਲ? ਮੈਂ ਚੰਡੀਗੜ੍ਹ ਬੈਠਾ। ਚੰਡੀਗੜ੍ਹ ਲੋਕੇਸ਼ਨ ਭੇਜੇਗਾ? ਕਿਉਂ, ਕੀ ਗੱਲ? ਆ ਮੋਰਚੇ 'ਚ ਬੈਠਾ, ਆ ਜਾ। ਕਿਹੜੇ? ਬੰਦੀ ਸਿੰਘ ਵਾਲੇ? ਬੰਦੀ ਸਿੰਘ ਵਾਲੇ 'ਚ। ਅੱਛਾ ਅੱਛਾ। ਨਹੀਂ ਕਰੰਟ ਇੱਥੇ ਹੀ ਆ ਨਾ, ਆਪਣੇ ਕਿਤੇ ਇੱਥੇ ਹੀ ਆ। ਅੱਛਾ ਅੱਛਾ। ਚੱਲ ਭੇਜੀ ਮਾੜੀ ਜਿਹੀ ਲੋਕੇਸ਼ਨ ਭੇਜੀ। ਨਹੀਂ ਯਾਰ, ਤੈਨੂੰ ਕਹਿ ਤਾ ਮੈਂ ਇੱਥੇ ਬੈਠਾ, ਤੇ ਫਿਰ ਲੋਕੇਸ਼ਨ ਕੀ ਕਰਨੀ ਆ? ਚਮਕੌਰ ਸਿੰਘ ਨਾ ਮਤਲਬ ਸਪੋਰਟ ਹੈਗੇ ਆ ਗੁਰਦੁਆਰਾ ਦੇ? ਹਾਂ ਤੇ ਦੇਵਾਂਗੇ ਜਦੋਂ ਲੋੜ ਪਈ, ਜਦੋਂ ਸਾਡੇ ਕੋਲ ਪ੍ਰਸ਼ਾਸਨ ਮੰਗੂਗਾ ਦੇ ਦੇਵਾਂਗੇ। ਸ਼ਰਾਬ ਪੀਂਦਾ ਫੜ ਹੋਇਆ, ਤੂੰ ਤਾਂ ਕਈ ਜਗ੍ਹਾ ਫੜ ਹੋਇਆ। ਨਹੀਂ ਚੱਲ, ਤੂੰ ਤਾਂ ਇੱਕ ਜਗ੍ਹਾ ਤੂੰ ਇੱਕ ਜਗ੍ਹਾ ਥੋੜਾ ਫੜ ਹੋਇਆ, ਤੂੰ ਤਾਂ ਕਈ ਜਗ੍ਹਾ ਫੜ ਹੋਇਆ। ਪ੍ਰਸ਼ਾਸਨ ਨੂੰ ਨੰਬਰ ਦੇ ਦੀ ਮੇਰਾ, ਕੋਈ ਚੱਕਰ ਨੀ। ਤੁਸੀਂ ਕਿੱਥੇ ਲੇਖਾ ਦੇਣਾ?
ਉਧਰ ਭਾਈ ਅੰਮ੍ਰਿਤਪਾਲ ਸਿੰਘ ਖਿਲਾਫ ਬੋਲਣ ਕਾਰਨ ਕੁਝ ਨਿਹੰਗ ਸਿੰਘਾਂ ਨੇ ਬਾਬਾ ਕੁਲਜੀਤ ਸਿੰਘ ਤੇ ਨਾ ਸਿਰਫ ਭੜਾਸ ਕੱਢੀ ਏ ਸਗੋਂ ਉਹਨਾਂ ਨੂੰ ਸੋਧਾ ਲਾਉਣ ਦੀ ਧਮਕੀ ਵੀ ਦਿੱਤੀ ਏ। ਨਿਹੰਗ ਸਿੰਘਾਂ ਨੇ ਕਿਹਾ ਹੈ ਕਿ ਉਹ ਬਾਬਾ ਕੁਲਜੀਤ ਸਿੰਘ ਦੇ ਨੀਲੇ ਬਾਣੇ ਨੂੰ ਦੇਖ ਕੇ ਚੁੱਪ ਨੇ, ਪਰ ਫਿਰ ਵੀ ਜੇਕਰ ਬਾਬਾ ਕੁਲਜੀਤ ਸਿੰਘ ਨੇ ਭਾਈ ਅੰਮ੍ਰਿਤਪਾਲ ਸਿੰਘ ਖਿਲਾਫ ਕੂੜ ਪ੍ਰਚਾਰ ਬੰਦ ਨਾ ਕੀਤਾ ਤਾਂ ਇਸ ਦਾ ਅੰਜਾਮ ਬੁਰਾ ਹੋਵੇਗਾ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਪ੍ਰਸ਼ਾਸਨ ਨੂੰ ਚੇਤਾਵਨੀ ਦੇਣਾ ਚਾਹੁੰਦੇ ਹਾਂ, ਜੋ ਕਿ ਕੁਲਜੀਤ ਨਿਹੰਗਿਆ ਉਹ ਤੁਹਾਨੂੰ ਪਤਾ ਉਹਦੀ ਵੀਡੀਓ ਆਈ ਆ, ਤੇ ਪ੍ਰਸ਼ਾਸਨ ਨੇ ਭਾਈ ਸਾਹਿਬ ਦੇ ਜੋ ਲਵਪ੍ਰੀਤ ਜੀ ਉਹਨਾਂ ਤੇ ਕਾਰਵਾਈ ਕੀਤੀ ਆ ਉਹ ਝੂਠੀ ਕਰਕੇ ਜਾਂ ਕੋਈ ਕਿਵੇਂ ਵੀ, ਤੁਹਾਨੂੰ ਵੀ ਪਤਾ ਜੋ ਅੱਜ ਕੱਲ ਚੱਲ ਰਿਹਾ। ਕਾਕਾ, ਅਸੀਂ ਕੁਲਜੀਤ ਨਿਹੰਗ ਨੂੰ ਕਹਿਣਾ ਚਾਹੁੰਦੇ ਹਾਂ ਵੀ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹੁੰਦੇ ਹਾਂ ਵੀ ਇਹ ਕੁਲਜੀਤੇ ਨਿਹੰਗ ਦੇ ਨੱਥ ਪਾਓ, ਤੇ ਕੁਲਜੀਤਿਆ ਅਸੀਂ ਤੈਨੂੰ ਵੀ ਵੀਡੀਓ ਰਾਹੀਂ ਦਿਖਾਉਣਾ ਚਾਹੁੰਦੇ ਹਾਂ ਵੀ ਤੂੰ ਬਾਜ ਆ ਜਾ, ਕਿਉਂ ਅਸੀਂ ਚਿੱਕੜ ਚ ਇੱਟ ਨਹੀਂ ਮਾਰਨਾ ਚਾਹੁੰਦੇ। ਠੀਕ ਹੈ ਨਾ, ਤੂੰ ਇੱਕ ਬਾਣਾ ਪਾਇਆ ਹੋਇਆ, ਤੂੰ ਇੱਕ ਬਾਣਾ ਪਾ ਕੇ ਜੋ ਕਿ ਮਹਾਰਾਜ ਦਾ ਦਿੱਤਾ ਹੋਇਆ ਬਾਣਾ ਆ, ਸਿੱਖੀ ਸਰੂਪ ਦੇ ਵਿੱਚ ਆ, ਗੱਲ ਕਰ ਆਪਦੀ ਲੁਤਰੋ ਆ ਜਿਹੜੀ ਜ਼ਬਾਨ ਉਹ ਸੰਭਾਲ ਲਾ, ਨਹੀਂ ਤਾਂ ਇਹ ਨਾ ਹੋਵੇ ਕਦੇ ਅਸੀਂ ਤੇਰੀ ਜ਼ਬਾਨ ਤੇ ਸਾਨੂੰ ਕੰਟਰੋਲ ਕਰਨਾ ਪੈ ਜੇ, ਕੰਟਰੋਲ ਐਵੇਂ ਦਾ ਵੀ ਅਸੀਂ ਤੇਰੀ ਜ਼ਬਾਨ ਪੁੱਟ ਕੇ ਲੈ ਜਾਵਾਂਗੇ, ਚਾਹੀਏ ਤਾਂ ਅਸੀਂ ਤੇਰਾ ਜਿੱਥੇ ਮਰਜ਼ੀ ਸੋਧਾ ਲਾ ਸਕਦੇ ਹਾਂ। ਗੱਲ ਕਰ ਨਹੀਂ, ਅਸੀਂ ਜੋ ਭਾਈ ਸਾਹਿਬ ਆ ਜੋ ਅੱਜ ਡਬਰੂਗੜ੍ਹ ਜੇਲ੍ਹ ਦੇ ਵਿੱਚ ਬੈਠੇ ਆ, ਅਸੀਂ ਉਹਨਾਂ ਦੇ ਸਿਧਾਂਤਾਂ ਤੇ ਚੱਲਣ ਵਾਲੇ ਆ ਵੀ ਇੱਕ ਸਿੱਖੀ ਸਰੂਪ ਦੇ ਵਿੱਚ ਬੰਦਾ ਆ, ਅਸੀਂ ਉਹਦੇ ਤੇ ਧੱਕਾ ਨਹੀਂ ਕਰਨਾ ਤੇ ਆਪਣੇ ਆਪ ਕਦੇ ਨਾ ਕਦੇ ਬੰਦਾ ਬਣ ਜੂਗਾ। ਗੱਲ ਕਰੇ ਬੰਦਾ ਨਹੀਂ ਬਣਦਾ, ਇਹ ਦਿਨ ਰਾਤ ਭਾਈ ਸਾਹਿਬ ਤੇ ਵੀਡੀਓ ਪਾਉਂਦਾ ਆ, ਜੋ ਭਾਈ ਸਾਹਿਬ ਦਾ ਭਰਾ ਸੀਗਾ ਉਹ ਵੀ ਪ੍ਰਸ਼ਾਸਨ ਦੇ ਨਾਲ, ਉਹ ਤੇਰੇ ਵਰਗੇ ਥੱਲੇ ਬੰਦੇ ਰਲ ਕੇ ਵਿੱਚ ਜੋ ਅੱਜ ਬਾਣਿਆਂ ਦੇ ਵਿੱਚ ਬੰਦੇ ਰਲੇ ਹੋਏ ਆ ਉਹਨਾਂ ਦੀ ਕੀਤੀ ਹੋਈ ਇਹ ਕਾਰਗੁਜ਼ਾਰੀ ਆ ਜਿਹੜੀ ਅੱਜ ਭਾਈ ਸਾਹਿਬ ਦੇ ਬ੍ਰਦਰ ਤੇ ਹੋਈ ਆ। ਠੀਕ ਹੈ ਨਾ, ਅਸੀਂ ਜਿੰਨਾ ਚਿਕ ਭਾਈ ਸਾਹਿਬ ਬਾਹਰ ਨਹੀਂ ਆਉਂਦਾ ਉਹਨਾਂ ਚਿਕ ਠੰਡੇ ਆ, ਤੇ ਪਹਿਲਾਂ ਵੀ ਠੰਡੇ ਸੀਗੇ ਹਲੇ ਤੱਕ ਵੀ ਰਵਾਂਗੇ। ਵੀ ਕੁਲਜੀਤਿਆ ਤੈਨੂੰ ਅਸੀਂ ਚੇਤਾਵਨੀ ਦੇਣਾ ਚਾਹੁੰਦੇ ਹਾਂ, ਤੂੰ ਆਪਣਾ ਬਾਜ ਆ ਜਾ, ਨਹੀਂ ਤਾਂ ਤੇਰੇ ਦਿਨ ਕਿਸੇ ਦਿਨ ਬਹੁਤ ਭੈੜੀ ਕਰਾਂਗੇ। ਦੂਜੇ ਤੂੰ ਕੀ ਕਹਿੰਦਾ, ਤੂੰ ਸਾਨੂੰ ਮੈਂਬਰ ਬਣ ਕੇ ਵਿਖਾ ਦੇ, ਭਾਈ ਸਾਹਿਬ ਨੂੰ 4 ਲੱਖ ਵੋਟਾਂ ਤੇ ਜਿਤਾਇਆ ਜੋ ਕਿ ਭਾਈ ਸਾਹਿਬ ਜੇ ਕਿਸੇ ਜੋਗੇ ਹੈਗੇ ਤਾਂ 4 ਲੱਖ ਵੋਟ ਪਈ ਸੀ, ਤੂੰ ਪਿੰਡ ਦਾ ਸਾਨੂੰ ਮੈਂਬਰ ਬਣ ਕੇ ਦੱਸ ਦੀ, ਬਾਕੀ ਮੇਰੇ ਸਾਥੀ ਬਿਆਨ ਕਰਨਗੇ। ਹਾਂਜੀ ਬੋਲੋ ਜੀ। ਬਾਬਾ ਜੀ, ਇਹ ਕੁਲਜੀਤ ਸਿੰਘ ਨੂੰ ਆਪਾਂ ਪਹਿਲਾਂ ਵੀ ਦੇਖੋ, ਅਸੀਂ ਦੇਖਿਆ ਪਹਿਲਾਂ ਵੀ ਜਦੋਂ ਇਹ ਭਾਈ ਸਾਹਿਬ ਹੋਰੀ ਡਿਬਰੂਗੜ੍ਹ ਗਏ ਉਦੋਂ ਵੀ ਬੜਾ ਕੁਝ ਬੋਲਦਾ ਸੀ, ਬਸ ਜ਼ਿਆਦਾ ਗੱਲਾਂ ਨੀ ਅਸੀਂ ਕਰਨੀਆਂ, ਬਾਬਾ ਜੀ ਨੇ ਦੱਸ ਦਿੱਤੀਆਂ, ਬਸ ਅਸੀਂ ਇੰਨਾ ਕਹਿਣਾ ਚਾਹੁੰਦੇ ਹਾਂ ਬਾਜ ਆ ਜਾ, ਕਿਤੇ ਨਾ ਹੋਵੇ ਬਾਣੇ ਚ, ਅਸੀਂ ਬਾਣੇ ਦਾ ਕਰਕੇ ਵੀ ਚਲੋ ਐ ਵੀ ਹਨਾ ਵਧੀਆ ਨੀ ਲੱਗਦਾ ਹਨਾ, ਇੱਕ ਬਾਣੇ ਵਾਲੇ ਸਿੰਘ ਦਾ ਛਿੱਤਰ ਪੋਲਾ ਕਰਦੇ ਚੱਲਦਾ ਰਿਹਾ ਤਾਂ ਤੇਰੇ ਛਿੱਤਰ ਪੈਣੇ ਜੋ, ਜਾਂ ਜੇ ਤੇਰੇ ਚ ਹਿੰਮਤ ਆ ਤਾਂ ਸਾਨੂੰ ਟਾਈਮ ਦੇ, ਕੋਲ ਕਿੱਥੇ ਆਈਏ, ਟਾਈਮ ਦਾ ਯੁਰਤ ਵਾਲੀ ਗੱਲ ਕਰ, ਕੋਈ ਬੰਦੇ ਵਾਲੀ ਗੱਲ ਕਰ, ਚਵਲਾ ਮਰੀ ਜਾਂਦਾ ਬਹਿ ਕੇ ਅੰਦਰ ਲੈਬ ਹੋ ਜਾਂਦਾ ਜਦੋਂ ਮਰਜ਼ੀ ਬੋਲੀਆਂ ਨਾ, ਸਾਡੇ ਨਾਲ ਟਾਈਮ ਪਾ, ਬੋਲ ਕਿੱਥੇ ਆਈਏ, ਅਸੀਂ ਆਉਣੇ ਆ। ਬਾਕੀ ਅਸੀਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਆ ਜੇ ਨੱਥ ਪਾਉਣੀ ਆ ਤੈਨੂੰ ਪਾ ਲਵੇ, ਨਹੀਂ ਅਸੀਂ ਇਹਦਾ ਸੋਧਾ ਲਾਵਾਂਗੇ ਜੋ, ਜੇ ਤੂੰ ਆਪਣਾ ਬਾਪ ਦੀ ਲਾ ਦੇ ਤਾਂ ਸਾਨੂੰ ਟਾਈਮ ਦੇ, ਫਿਰ ਸਰੇਆਮ ਟਾਈਮ ਦੇ, ਜੇ ਕੱਲੇ ਨੂੰ ਕੱਲਾ ਵੇਖਣਾ ਤਾਂ ਮੈਦਾਨ ਚ ਆ ਜੀ, ਕੱਲੇ ਨੂੰ ਕੱਲਾ ਵੇਖਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਾਂ ਦੱਸਦੀਏ ਕਿ ਬਾਬਾ ਕੁਲਜੀਤ ਸਿੰਘ ਵੱਲੋਂ ਇੱਕ ਨਿੱਜੀ ਚੈਨਲ ਨੂੰ ਬੀਤੇ ਦਿਨੀ ਇੰਟਰਵਿਊ ਦਿੱਤੀ ਗਈ ਸੀ, ਜਿੱਥੇ ਕਿ ਉਹਨਾਂ ਨੇ ਇਲਜ਼ਾਮ ਲਗਾਇਆ ਸੀ ਕਿ ਭਾਈ ਅੰਮ੍ਰਿਤਪਾਲ ਸਿੰਘ ਦਾ ਭਰਾ ਹਰਪ੍ਰੀਤ ਸਿੰਘ ਨਸ਼ਾ ਕਰਨ ਦੇ ਨਾਲ ਨਾਲ ਤੰਬਾਕੂ ਦਾ ਸੇਵਨ ਵੀ ਕਰਦਾ ਹੈ ਅਤੇ ਖਾਲਸਾ ਵਿਹੀਰ ਦੌਰਾਨ ਵੀ ਉਹ ਨਸ਼ਾ ਕਰਦਾ ਰਿਹਾ ਹੈ। ਇਸ ਦੌਰਾਨ ਬਾਬਾ ਕੁਲਜੀਤ ਸਿੰਘ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀ ਚਮਕੌਰ ਸਿੰਘ ਧੁਨ ਉੱਪਰ ਉਹਨਾਂ ਨੂੰ ਧਮਕੀਆਂ ਦੇਣ ਦੇ ਇਲਜ਼ਾਮ ਵੀ ਲਗਾਏ ਸੀ। ਬਿਊਰੋ ਰਿਪੋਰਟ, ਸੈਂਟਰਲ ਪੰਜਾਬ ਟੀਵੀ।